आज महासंपर पाठाने भोग पाए ने बाबा महर नाम सिंह जी दे तप स्थान ते संगतां लाह खट रहीआं ने बंदगी वाले स्थान सब तो उच्चे हुंदे आ सगल थान ते उत्तम थान नानक जे कट वसे हर नाम ਜਿੱਥੇ ਹਰੀ ਦੇ ਨਾਮ ਦੀ ਵਡਿਆਈ ਹੈ ਹਰੀ ਨਾਮ ਦੀ ਸ਼ੋਭਾ ਹੈ ਇਸ ਯੁੱਗ ਮੇ ਸ਼ੋਭਾ ਨਾਮ ਕੀ ਬਿਨ ਨਾਮੇ ਸ਼ੋਭ ਨਾ ਹੋਏ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਸ਼ੋਭਾ ਹੈ ਇਸ ਯੁੱਗ ਵਿੱਚ ਨਾਮ ਦੀ ਸਾਰੀ ਸੰਗਤ ਲਾਹਾ ਖਟਿਆ ਕਰੋ ਇਸ ਸਮੇਂ ਵਾਰ ਵਾਰ ਨਹੀਂ ਲੱਭਦੀ ਜਿਹੜਾ ਅੱਜ ਸਮਾਂ ਹੈ ਇਹ ਫਿਰ ਨਹੀਂ ਰਹਿਣਾ ਜਦੋਂ ਸੁਭਾਗ ਪ੍ਰਾਪਤ ਹੋਵੇ ਉਦੋਂ ਸੰਗਤ ਦੇ ਵਿੱਚ ਲਾਹਾ ਖੱਟ ਲਓ ਗੁਰੂ ਸਾਹਿਬ ਨੇ ਇਸ ਨੂੰ ਵੱਡ ਭਾਗੀ ਆਖਿਆ ਕਿ ਇਹ ਵੱਡਿਆਂ ਭਾਗਾਂ ਤੋਂ ਬਗੈਰ ਇਹ ਸਾਧਸੰਗ ਪ੍ਰਾਪਤ ਨਹੀਂ ਹੁੰਦੀ ਵੱਡਿਆਂ ਭਾਗਾਂ ਤੋਂ ਬਗੈਰ ਵੱਡ ਭਾਗੀ ਸਾਧ ਸੰਗਤ ਨੂੰ ਆਖਿਆ ਵੱਡ ਭਾਗੀ ਹਰ ਸੰਗਤ ਪਾਵੇ ਜਿਹੜਾ ਭਾਗਾਂ ਤੋਂ ਹੀਣਾ ਹੈ ਉਹ ਚੋਟਾ ਖਾਂਦਾ ਹੈ ਪਰਮ ਚੋਟਾ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਪ੍ਰੀਜੇ ਜੀ ਇੱਕ ਐਸਾ ਸਥਾਨ ਹੈ ਜਿੱਥੇ ਮਨ ਦੀ ਅਤੇ ਤਨ ਦੀ ਮੈਲ ਉਤਰਦੀ ਅੰਦਰ ਦੇ ਬਿਮਾਰੀਆਂ ਦੇ ਰੋਗ ਜਾਂਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਸੰਗਤ ਦੇ ਵਿੱਚ ਬਿਰਾਜਦੇ ਆ ਉਹਨਾਂ ਦਾ ਵਾਸਾ ਸੰਗਤ ਦੇ ਵਿੱਚ ਜੇ ਦਰਸ਼ਨ ਕਰਨੇ ਗੁਰੂ ਨਾਨਕ ਸਾਹਿਬ ਜੀ ਦੇ ਅਤੇ ਸੰਗਤ ਦੇ ਵਿੱਚੋਂ ਕਰੋ ਸਾਧ ਸੰਗਤ ਦੇ ਵਿੱਚੋਂ ਕਰੋ ਇਹ ਗੁਰੂ ਨਾਨਕ ਸਾਹਿਬ ਦੇ ਸੰਪੂਰਨ ਦਰਸ਼ਨ ਨੇ ਪ੍ਰਗਟ ਜਿੱਥੇ ਸਾਧ ਸੰਗਤ ਬਿਰਾਜਦੀ ਹੈ ਉੱਥੇ ਆਪ ਨਿਰੰਕਾਰ ਬਿਰਾਜਦਾ ਹੈ ਅਕਾਲ ਪੁਰਖ ਵਰਤਦਾ ਹੈ ਮਨ ਜੋੜਨ ਦੀ ਲੋੜ ਹੈ ਗੁਰੂ ਨਾਨਕ ਦੀ ਸੰਗਤ ਵਿੱਚ ਸਾਰੀਆਂ ਖੁਸ਼ੀਆਂ ਸਭ ਬਖਸ਼ਿਸ਼ਾਂ ਨੇ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਅੰਗ 'ਤੇ ਇਹ ਸਾਧ ਸੰਗਤ ਦੀ ਵਡਿਆਈ ਸਤ ਸੰਗਤ ਦੀ ਵਡਿਆਈ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਕਹਿੰਦੇ ਨੇ ਸੰਗਤ ਦੀ ਇੰਨੀ ਵੱਡੀ ਵਡਿਆਈ ਹੈ ਕਿ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਣਗੀਆਂ ਤੁਮ ਚੰਦਨ ਹਮ ਰੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਕਹਿੰਦੇ ਨੀਚ ਤੋਂ ਊਚ ਅਤੇ ਗੰਧ ਤੋਂ ਸੁਗੰਧ ਇਹ ਮਾਧੋ ਸਤਸੰਗਤ ਸੰਤ ਮਾਰੀ ਇਹ ਸਤ ਸੰਗਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਇਹ ਨੀਚ ਤੋਂ ਊਚ ਅਤੇ ਗੰਧ ਤੋਂ ਸੁਗੰਧ ਤੁਮ ਚੰਦਨ ਹਮ ਰਿੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਪੜ੍ਹ ਲਓ ਸੰਗਤ ਗੁਰੂ ਨਾਨਕ ਵਾਲੀ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਵੇ ਨਾ ਖਾਲੀ ਚੋਲੀਆਂ ਭਰੇ ਸਤਿਗੁਰੂ ਨਾਨਕ ਵਾਲੀ ਕੋਈ ਜਾਏ
ਸੰਗਤ ਗੁਰੂ ਨਾਨਕ ਵਾਲੀ ਕੋਈ ਜਾਏ ਨਾ ਖਾਲੀ ਝੋਲੀਆਂ ਭਰਿਓ ਜੀ ਜ਼ਰੂਰ ਸੰਗਤ ਗੁਰੂ ਨਾਨਕ ਵਾਲੀ ਕੋਈ ਜਾਏ ਨਾ ਖਾਲੀ ਝੋਲੀਆਂ ਭਰਿਓ ਜੀ ਜ਼ਰੂਰ ਸਕਣੀ ਮੇਰੇ ਦੀ ਕਰੇ।
कोई जावे।